ਤੇ ਲੋ ਸਾਹਿਬ ਆਪਾਂ ਇੱਕ ਹਫਤਾ ਹੋ ਗਿਆ ਤਾਂ ਆਪਰੇਸ਼ਨ ਕੀਤੇ ਆ ਹਾਂਜੀ ਤੁਸੀਂ ਸਾਡੇ ਕੋਲ ਟੋਰਾਂਟੋ ਕੈਨੇਡਾ ਤੋਂ ਆਏ ਹਾਂਜੀ ਤੇ ਮੈਂ ਦੇਖਿਆ ਹਫਤੇ ਵਿੱਚ ਅਸੀਂ 5 ਕਿਲੋ ਭਾਰ ਘਟਾ ਲਿਆ ਹਾਂਜੀ ਤੇ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਲਾਈਟ ਫੀਲ ਹੋ ਰਿਹਾ ਹੈਗਾ ਵਾ ਕਹਿੰਦਾ ਮਤਲਬ ਵੀ ਵੈਰੀ ਗੁੱਡ ਫੀਲਿੰਗ ਓਕੇ ਕੀ ਤਾਂ ਤੰਗੀਆਂ ਕੀ ਸੀ ਪਹਿਲਾਂ ਤੇ ਹੁਣ ਕੀ ਦਾ ਕੀ ਫਰਕ ਪਹਿਲਾਂ ਮੈਨੂੰ ਐ ਪ੍ਰੋਬਲਮ ਸੀ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੋਚਿਆ ਰਹਿੰਦਾ ਸੀਗਾ ਤੇ ਜਦੋਂ ਤਾਂ ਮੈਂ ਆਪਰੇਸ਼ਨ ਕਰਾਇਆ ਉਦੋਂ ਤਾਂ ਮੈਂ ਬਹੁਤ ਜ਼ਿਆਦਾ ਐਕਟਿਵ ਹੈਗਾ ਵਾ ਤੇ ਮੈਨੂੰ ਘਰਾੜੇ ਵੀ ਹੁੰਦੇ ਨਹੀਂ ਆਉਂਦੇ ਹੈਗੇ ਵੀ ਸਲੀਪਿੰਗ ਵੀ ਗੁੱਡ ਹੋਈ ਵੀ ਮੇਰੀ ਅੱਗੇ ਨਾਲ ਜ਼ਿਆਦਾ ਅਤੇ ਜਦੋਂ ਮੈਂ ਸਵੇਰ ਨੂੰ ਉੱਠਦਾ ਹੈਗਾ ਅੱਗੇ ਮੈਂ ਟਾਇਰਡ ਹੁੰਦਾ ਸੀਗਾ ਹੁਣ ਮੈਂ ਬਿਲਕੁਲ ਫਰੈਸ਼ ਉੱਠਦਾ ਹੈਗਾ ਵੀ ਮਹਿਸੂਸ ਨਹੀਂ ਹੁੰਦਾ ਕੁਛ ਵੀ ਮੈਨੂੰ ਕੋਈ ਦਾ ਕੁਸ਼ਚਨ ਹੁਣ ਤੁਸੀਂ ਚੱਲੇ ਵਾਪਸ ਪਰਸੋਂ ਜਾ ਰਹੇ ਵਾਪਸ ਅੱਗੇ ਦਾ ਦਿਮਾਗ ਕੁਸ਼ਚਨ ਹੋਊਗਾ ਕੋਈ ਖਾਣ ਪੀਣ ਨਾਲ ਸੰਬੰਧਿਤ ਕੋਈ ਡਰਿੰਕ ਡਰੁੰਕ ਦਾ ਜਾਂ ਕੋਈ ਹੈਗੇ ਤਾਂ ਪਲੀਜ਼ ਮੈਂ ਇਹ ਪੁੱਛਣਾ ਸੀ ਵੀ ਕਿੰਨੀ ਕੁ ਕਪੈਸਿਟੀ ਰਹਿ ਜਾਂਦੀ ਹੈ ਆਪਰੇਸ਼ਨ ਕਰਨ ਤੋਂ ਬਾਅਦ ਆਪਣੇ ਸਟੋਮਕ ਦੀ ਵੀ ਇੱਕ ਜੇ ਕਿਸੇ ਡਰਿੰਕ ਕਰਨਾ ਹੋਵੇ ਵੀ ਕਿੰਨਾ ਕੁ ਟੈਂਕ ਲੈ ਸਕਦਾ ਵਿਦ ਵਾਟਰ ਦੇਖੋ ਅਸੀਂ ਤੁਹਾਡਾ ਸਟਮਕ ਦਾ ਸਾਈਜ਼ ਉਹਦਾ ਬਣਾ ਲਿਆ ਵੀ ਜਿੰਨੀ ਤੁਹਾਡੇ ਹਾਈਟ ਤੁਸੀਂ 6 ਫੁੱਟ ਦੇ ਜਿਵੇਂ ਹੈਗੇ ਆ ਤੇ ਤੁਸੀਂ 6 ਫੁੱਟ ਦਾ ਇਨਸਾਨ ਨੂੰ ਜਿੰਨੀ ਭੁੱਖ ਲੱਗਦੀ ਉਹਨੇ ਤੁਸੀਂ ਆਰਾਮ ਨਾਲ ਖਾ ਸਕਦੇ ਹਾਂਜੀ ਹਾਂਜੀ ਸੋ ਕਹਿਣ ਨੂੰ ਤੁਸੀਂ ਦਿਨ 'ਚ 2-3 ਲੀਟਰ ਪਾਣੀ ਜੂਸ ਲਿਕਡ ਆਰਾਮ ਨਾਲ ਪੀ ਸਕਦੇ 24 ਘੰਟਿਆਂ 'ਚ ਜਿੰਨਾ ਆਰਾਮ ਮਿਲ ਸਕਦਾ ਸੋਲਿਡ ਫੂਡ ਤੁਸੀਂ ਹੁਣ ਹਫ਼ਤਾ ਹੋ ਗਿਆ ਤੁਸੀਂ ਸਟਾਰਟ ਰੋਟੀ ਰੋਟੀ ਕਰ ਸਕਦੇ ਹਾਂ ਠੀਕ ਹੈ ਤੇ ਜਿੰਨੀ ਕੁ ਨੋਰਮਲ ਤੁਹਾਡੇ ਹਾਈਟ ਦੇ ਸਾਹਮਣੇ ਡਾਈਟ ਚਾਹੀਦੀ ਹੈ ਤੇ ਹੁਣ ਤੁਸੀਂ ਭਾਵੇਂ 2 ਰੋਟੀ ਦੇ ਸ਼ੁਰੂ ਕਰੋਗੇ ਹੌਲੀ ਹੌਲੀ ਪ੍ਰੋਗਰੈਸ ਕਰਦੇ ਰਹੋ ਤੁਸੀਂ 1.5-2 ਰੋਟੀਆਂ ਤੇ ਪਹੁੰਚ ਜਾਣਾ ਠੀਕ ਹੈ ਇੰਨੀ ਕੁ ਨੋਰਮਲ ਡਾਈਟ ਤੁਹਾਡੀ ਹੋਣੀ ਚਾਹੀਦੀ ਹੈ ਹਾਂਜੀ ਦੂਜੀ ਗੱਲ ਜਿਹੜੀ ਵਿਸਕੀ ਹੈ ਐਲਕੋਹੋਲ ਆ ਹਾਂਜੀ ਉਹ ਜੇ ਤੁਸੀਂ ਡਰਿੰਕ ਕਰਦੇ ਆ ਤੇ ਤੁਸੀਂ ਸੈਂਸੀਬਲੀ ਜਿਵੇਂ 30 ਐਮਐਲ ਐਵਰੀ ਡੇ ਜਾਂ 40 ਐਮਐਲ ਐਵਰੀ ਡੇ ਇੰਦਾਂ ਤੁਸੀਂ ਲੈ ਸਕਦੇ ਪਰ ਜੇ ਤੁਸੀਂ ਕੋ ਮੈਂ ਬਹੁਤ ਜ਼ਿਆਦਾ ਲੈਣੀ ਆ ਉਹ ਅਸੀਂ ਮਨਾ ਕਰਦੇ ਨਹੀਂ ਹੁੰਦਾ ਠੀਕ ਆ ਉਹ ਤੁਹਾਡਾ ਫਿਰ ਲਿਵਰ ਨੂੰ ਜਾਂ ਤੁਹਾਡਾ ਭਾਰ ਨਹੀਂ ਪੂਰਾ ਘਟਣ ਦੋ ਹਾਂਜੀ ਸੈਂਸੀਬਲੀ 30-40 ਐਮਐਲ ਇਟਸ ਓਕੇ ਸਮੋਕਿੰਗ ਤੁਸੀਂ ਨਹੀਂ ਕਰਨੀ ਬਿਲਕੁਲ ਕੋਈ ਸਮੋਕਿੰਗ ਨਾਲ ਜ਼ਖਮ ਹੋ ਜਾਂਦੇ ਨਹੀਂ ਸਮੋਕ ਮੈਂ ਕਰਦਾ ਹੀ ਨਹੀਂ ਤੇ ਬਾਕੀ ਹੋਰ ਤੁਸੀਂ ਜਿਹੜੇ ਹੈਲਦੀ ਡਾਈਟ ਆ ਜਿਵੇਂ ਤੁਸੀਂ ਆਪਣਾ ਫਿਸ਼ ਐਗੇ ਚਿਕਨ ਅੱਜ ਦਾ ਲੈ ਸਕਦੇ ਆ ਹਾਂਜੀ ਆਪਣਾ ਯੋਗਟ ਲੈ ਸਕਦੇ ਹੋ ਲੱਸੀ ਲੈ ਸਕਦੇ ਦੁੱਧ ਲੈ ਸਕਦੇ ਹੋ ਆ ਚੀਜ਼ਾਂ ਤੁਹਾਡੀ ਚੰਗੀਆਂ ਫਿਰ ਤੁਸੀਂ ਸਲਾਦ ਲੈ ਸਕਦੇ ਹੋ ਸੈਲਡ ਹੱਕਾਂ ਦਾ ਫਰੂਟ ਖਾ ਸਕਦੇ ਹੋ ਆ ਚੀਜ਼ਾਂ ਤੁਸੀਂ ਜ਼ਿਆਦਾ ਵਰਤੋਂ ਕਰਨੀ ਹੈ ਜੇ ਚੀਜ਼ਾਂ ਤੋਂ ਅਸੀਂ ਅਵੋਇਡ ਕਰਨੀ ਆ ਐਕਸੈਸ ਆਫ ਵਿਸਕੀ ਐਲਕੋਹਲ ਅਵੋਇਡ ਕਰਨੀ ਹੈ ਉਸ ਤੋਂ ਇਲਾਵਾ ਤੁਸੀਂ ਜਿਹੜੇ ਜੰਕ ਫੂਡ ਹੈਗਾ ਪੀਜ਼ਾ ਬਰਗਰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਕੋਲਡ ਡਰਿੰਕ ਬਹੁਤੀਆਂ ਨਹੀਂ ਪੀਣੀਆਂ ਹਾਂਜੀ ਕੋਈ ਇਹਨਾਂ 'ਚ ਫਾਲਸ ਕੈਲਰੀ ਸਰੀਰ ਨੂੰ ਜਿਹੜੀ ਭਾਰ ਨਹੀਂ ਘਟਣ ਦਿੰਦੀਆਂ ਆਪਣੀ ਯੈਸ ਠੀਕ ਹੈ ਤੇ ਜੇ ਤੁਹਾਨੂੰ ਕੋਈ ਉੱਥੇ ਟੋਰਾਂਟੋ ਕੰਟੈਕਟ ਕਰਨਾ ਚਾਹੇ ਹਾਂਜੀ ਕੋਈ ਹੋਰ ਚਾਹਵਾਨ ਹੋਵੇ ਪ੍ਰੇਸ਼ਨ ਤੁਸੀਂ ਆਪਣਾ ਨੰਬਰ ਬੋਲ ਦਿਓ ਤਾਂ ਕਿ ਹਾਂਜੀ ਮੇਰਾ ਨਾਮ ਸੈਮ ਢਿੱਲੋਂ ਆ ਜੀ ਮੇਰਾ ਫੋਨ ਨੰਬਰ 9053250604 ਤੇ ਮੈਂ ਡਾਕਟਰ ਸਾਹਿਬ ਦੇ ਬਾਹਰ ਵੀ ਇੱਥੇ ਚਾਰ ਦੇਖਿਆ ਸੀ ਕਮ ਸੇ ਕਮ 8-10 ਬਿਮਾਰੀਆਂ ਹੈਗੀਆਂ ਜਿਹੜੀਆਂ ਠੀਕ ਹੋ ਜਾਣ ਜਿਵੇਂ ਘਰਾੜੇ ਆਪਣਾ ਲਿਵਰ ਦਾ ਸਾਈਜ਼ ਵੱਡਾ ਹੋਵੇ ਵੀ ਠੀਕ ਹੋ ਜਾਂਦਾ ਹੋਵੇ ਹੋ ਜਾਂਦਾ ਤੇ ਗੋਡਿਆਂ ਦਾ ਦਰਦ ਵੀ ਠੀਕ ਹੋ ਜਾਂਦਾ ਤੇ ਮੇਰੇ ਹਿਸਾਬ ਨਾਲ ਜ਼ਰੂਰ ਕਰਾਉਣਾ ਚਾਹੀਦਾ ਇਹਦੇ 'ਚ ਕੋਈ ਸਾਈਡ ਇਫੈਕਟ ਨਹੀਂ ਹੈਗਾ ਵਾ ਜੇ ਨਹੀਂ ਵੀ ਤੁਹਾਨੂੰ ਪਸੰਦ ਹੈਗਾ ਤਾਂ ਦੁਬਾਰਾ ਵੀ ਇਹ ਰਿਵਰਸੇਬਲ ਵੀ ਹੈਗਾ ਵਾ ਹਾਂ ਬਿਲਕੁਲ ਜਿਹੜਾ ਮਿਨੀ ਬਾਈਪਾਸ ਜਿਹੜਾ ਅਸੀਂ ਤੁਹਾਡਾ ਕੀਤਾ ਰਿਵਰਸੇਬਲ ਆਪਰੇਸ਼ਨ ਆ ਤੋ ਪਰ ਲੋੜ ਨਹੀਂ ਪੈਂਦੀ ਉਹਦੀ ਕਹਿਣ ਦਾ ਮਤਲਬ ਆ ਵੀ ਅਸੀਂ ਕੋਈ ਚੀਜ਼ ਬਾਹਰ ਨਹੀਂ ਕੱਢਦੇ ਤੁਹਾਡੀ ਹਾਂਜੀ ਬਿਲਕੁਲ ਸਹੀ ਬਿਲਕੁਲ ਸੈਟੀਸਫਾਈਡ ਆ ਜੀ ਬਾਕੀ ਪੁੱਛਣਾ ਸੀ ਜਿਮ ਜੂਮ ਜੇ ਜਾਣਾ ਰੈਗੂਲਰ ਜਿਮ ਅੱਗੇ ਜਾਂਦੇ ਸੀ ਮਾੜਾ ਬਿਲਕੁਲ ਤੁਸੀਂ ਜਿਮ ਆਪਣਾ ਸਟਾਰਟ ਕਰ ਸਕਦੇ ਜਾ ਕੇ ਵਾਪਸ ਜਿਵੇਂ ਕਰ ਸਕਦੇ ਹਾਂਜੀ ਜਿਮ ਤੇ ਕੋਈ ਰੋਕਥਾਮ ਨਹੀਂ ਆਪਣੇ ਡਰਾਈਵਿੰਗ ਕਰੋ ਜਿਮ ਕਰੋ ਸਵਿਮਿੰਗ ਕਰੋ ਡਾਂਸ ਕਰੋ ਐਵਰੀਥਿੰਗ ਇਜ਼ ਅਲਾਉਡ ਥੈਂਕ ਯੂ ਸਰ ਥੈਂਕ ਯੂ ਜੀ ਰੀਲੀ ਅਪਰੀਸ਼ੀਏਟ